ਦਾਨ ਦੀ ਪ੍ਰਵਾਸਾ ਇਹ ਬਦਲ ਗਈ ਜੀ ਵੀ ਆਪਾਂ ਕਹਿੰਦੇ ਹੁੰਦੇ ਸੀ ਕਿ ਕਾਲੀ ਖਾਨ ਪੀਣ ਵਾਲੀ ਚੀਜ਼ ਨਾ ਸਾਡਾ ਮਰਨ ਤੋਂ ਬਾਅਦ ਸਰੀਰ ਦਾਨ ਹੋ ਸਕਦਾ ਆਪਣੇ ਪਰਿਵਾਰ ਨੇ ਕੀਤਾ ਜੀ ਤੁਹਾਡੇ ਸਾਹਮਣੇ ਆ ਅੱਠ ਅੱਖਾਂ ਦੇ ਦਿੱਤੀਆਂ ਤੇ ਦੋ ਸਰੀਰ ਦਾਨ ਦਿੱਤੇ 2006-7 ਦੇ ਵਿੱਚ ਮੇਰੇ ਭਰਾ ਸਰਦਾਰ ਮੁਖਤਿਆਰ ਸਿੰਘ ਉਸ ਤੋਂ ਬਾਅਦ 2012 ਦੇ ਵਿੱਚ ਮਾਤਾ ਜੀ ਨਸੀਬ ਕੌਰ ਉਹਨਾਂ ਦੀਆਂ ਅੱਖਾਂ ਤੇ ਸਰੀਰ ਪੀਜੇ ਝੰਡੀਗੜ ਤੇ 2015 ਚ ਪਾ ਬੀ ਜੀ ਜਸਵੰਤ ਕੌਰ ਤੇ 2015 ਜੀ ਬਾਪੂ ਜੀ ਸਰਦਾਰ ਕਰਤਾਰ ਸਿੰਘ ਉਹਨਾਂ ਦਾ ਵੀ ਅੱਖਾਂ ਦਾਣ ਤੇ ਸਰੀਰਦਾਨ ਪੀ ਜੀ ਭੇਜਿਆ ਸੀ ਕਿਉਂਕਿ ਇਹ ਚੀਜ਼ਾਂ ਹੀ ਤਾਂ ਲੋੜ ਇੰਨੀ ਆ ਡਾਕਟਰ ਬੜੇ ਜ਼ਿੰਮੇਵਾਰ ਡਾਕਟਰ ਨੇ ਜਿਹੜੇ ਫੀਲਡ 'ਚ ਲੱਗੇ ਹੋਏ ਨੇ ਆਈ ਟ੍ਰਾਂਸਪਲੈਂਟ ਦੇ ਆਈ ਡੋਨੇਸ਼ਨ ਦੇ ਜਾਂ ਬਾਡੀ ਡੋਨੇਸ਼ਨ ਦੇ ਵਿੱਚ ਜਿੱਥੇ ਰਿਸਰਚ ਹੁੰਦੀ ਆ ਜਿਵੇਂ ਪੀ ਜੀ ਆਈ ਚੰਡੀਗੜ੍ਹ ਹੈ ਤਾਂ ਉਹਨਾਂ ਨੂੰ ਬਹੁਤ ਜ਼ਰੂਰਤ ਹੈ ਜੀ ਬਾਡੀਆਂ ਦੀ ਸਗੋਂ ਇਹ ਫਸੇ ਆਪਾਂ ਨੂੰ ਹੋਣਾ ਚਾਹੀਦਾ ਡਰ ਪੈਦੀ ਤਾਂ ਲੋੜ ਹੀ ਨਹੀਂ ਇਹਦੇ ਵਿੱਚ ਆਪਣੇ ਜਿਹਨੇ ਮਿਹਨਤੀ ਸੀ ਸੋਧ ਖਰਾਕਾਂ ਖਾਣ ਵਾਲੇ ਲੋਕ ਸੀ ਉਮਰਾਂ ਘਟਣ ਦਾ ਰੀਜਨ ਕੀ ਹੈ ਜੀ ਪੈਸਟੀਸਾਈਡ ਦੀਆਂ ਮਤਲਬ ਕਿੰਨੀ ਸਪਰੇਅ ਇੱਕ ਬਲਾਸਟ ਹੁੰਦਾ ਜਿਹੜਾ ਪੈਸਟੀਸਾਈਡ ਹੁੰਦਾ ਕੋਈ ਆਪਦੀ ਸਿਹਤ ਵੱਲ ਧਿਆਨ ਨਹੀਂ ਦਿੰਦਾ ਜੀ ਹਰੇਕ ਬੰਦਾ ਨਵਾਂ ਘਰ ਬਣਾਉ ਲੀਡ ਲਊ ਫਰਿੱਜ ਲਊ ਜੇ ਇਹਨੂੰ ਪੱਸੋ ਸਰੀਰ ਦੇ ਟੈਸਟ ਕਰਾਏ ਨੇ ਕਹਾਂ ਸਰੀਰ ਦੇ ਟੈਸਟ ਤਾਂ ਕਰਾਈ ਨਹੀਂ ਹੈਗੇ ਕਦੇ ਕਿਉਂਕਿ ਬੋਡੀ ਜੀ ਵੀ ਕੀ ਹੈ ਵਾਇਰਸ ਐਕਟੀਵੇਟ ਹੋ ਜਾਂਦੇ ਇਹਨਾਂ ਨੂੰ ਡੀਐਕਟੀਵੇਟ ਕਰਨ ਲਈ ਮੈਡੀਸਿਨ ਦੀ ਲੋੜ ਪੈਂਦੀ ਹੈ ਉਹ ਅਸੀਂ ਯੂਜ ਨਹੀਂ ਕਰਦੇ ਅਸੀਂ ਪਹਿਲਾਂ ਚਲੇ ਜਾਂਦੇ ਹਾਂ ਮੈਂ ਸੋਚਿਆ ਵੀ ਕਿਵੇਂ ਨਾ ਕਿਵੇਂ ਨਵੇਂ ਕਲਾ ਕੰਮ ਕੀਤਾ ਜਾਵੇ ਸਮਾਜ ਦੇ ਵਿੱਚ ਜਿਹਨੂੰ ਕਿਸੇ ਨੇ ਅਜੇ ਤੱਕ ਟੱਚ ਨਹੀਂ ਕੀਤਾ ਪਰ ਕੀਤਾ ਆਪਣੇ ਪਰਿਵਾਰ ਤੋਂ ਸ਼ੁਰੂ ਜਾਵੇ ਉਹ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੀ ਹਿਮਨ ਪ੍ਰੀਤ ਕੌਰ ਖੰਨਾ ਸਵਾਗਤ ਕਰਦੀਆਂ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੇ ਅੱਜ ਦੇ ਸਮਾਜ ਦੀ ਗੱਲ ਕਰੀਏ 21ਵੀਂ ਸਦੀ ਚੱਲ ਰਹੀ ਹੈ रिश्ਤੇ ਨੇ ਜਿਹੜੇ ਪੈਸੇ ਦੀ ਦੌੜ ਲੱਗੀ ਹੋਈ ਹੈ ਰਿਸ਼ਤੇ ਉੱਧਰ ਵਿਅਸਤ ਹੋ ਗਏ ਤੇ ਰਿਸ਼ਤੇ ਨੇ ਜਿਹੜੇ ਉਹ ਭੁੱਲਣ ਲੱਗ ਗਏ ਨੇ ਜਿਵੇਂ ਮੈਂ ਗੱਲ ਕਰਾਂ ਮੈਂ ਜ਼ਿਆਦਾ ਦੂਰ ਨਹੀਂ ਜਾਊਂਗੀ ਮੈਂ ਆਪਣੀ ਗੱਲ ਕਰੂੰਗੀ ਵੀ ਮੇਰੇ ਕੋਲ ਮੇਰੇ ਪਰਿਵਾਰ ਚ ਬਹਿਣ ਦਾ ਮੇਰੇ ਕੋਲ ਟਾਈਮ ਨਹੀਂ ਹੈਗਾ ਕਿਉਂ ਕਿਉਂਕਿ ਬੰਦਾ ਆਪਣੇ ਰੁਝੇਵਿਆਂ ਚ ਇੰਨਾ ਕੁ ਬੀਜ਼ੀ ਆ ਵੀ ਕਿਸੇ ਬਾਰੇ ਸੋਚਣ ਦਾ ਟਾਈਮ ਹੀ ਨਹੀਂ ਹੈਗਾ ਅੱਜ ਅਸੀਂ ਪਹੁੰਚੇ ਆ ਮਲੇਰ ਕੋਟਲੇ ਦੇ ਕੋਲ ਆ ਜਿਹੜਾ ਪਿੰਡ ਛਨੇਰ ਸਾਡੇ ਨਾਲ ਬਾਈ ਜੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਮਤਲਬ ਅੱਜ ਦੀ ਅੱਜ ਦੀ ਸਟੋਰੀ ਹੈ ਜਿਹੜੀ ਤੁਹਾਡੇ ਕੋਲ ਪੇਸ਼ ਕਰਨ ਲੱਗੇ ਆ ਜਿਹੜੇ ਕਿਸੇ ਨੂੰ ਜਿਹੜੀ ਇਹ ਜਾਨ ਨਵਾਂ ਜਨਮ ਜਿਹੜਾ ਦਿੰਦੇ ਨੇ ਜਿਹੜੇ ਆਈ ਡੋਨੇਸ਼ਨ ਉਹਨਾਂ ਨੇ ਕਾਫੀ ਫੈਮਲੀਆਂ ਦੇ ਵਿੱਚੋਂ ਨੇ ਜਿਹੜੀਆਂ ਉਹਨਾਂ ਦੀਆਂ ਅੱਠ ਅੱਖਾਂ ਨੇ ਜਿਹੜੀਆਂ ਡੋਨੇਟ ਕਰ ਦਿੱਤੀਆਂ ਗਈਆਂ ਨੇ ਬਹੁਤ ਬਹੁਤ ਸਵਾਗਤ ਹੈ ਸਸੀ ਕਾਲ ਜੀ ਸਸੀ ਕਾਲ ਜੀ ਤੁਹਾਡਾ ਸਾਰਿਆਂ ਦਾ ਸਤਿ ਸ਼ਕਾ ਅ ਪਹਿਲਾਂ ਤਾਂ ਮੈਂ ਦੱਸੂਗੀ ਵੀ ਤੁਹਾਡਾ ਨਾਮ ਕੀ ਹੈ ਤੇ ਮੇਰਾ ਨਾਮ ਜੀ ਰਣਜੀਤ ਚੁੰਹੇਰ ਹੈ ਹਾਂਜੀ ਮਲੇਰਕੋਟਲਾ ਤਹਿਸੀਲ ਚ ਸਾਡਾ ਪਿੰਡ ਪੈਂਦਾ ਹੈ ਜ਼ਿਲ੍ਹਾ ਸੰਗਰੂਰ ਪੈਂਦਾ ਹੈ ਅੱਜ ਮੇਨ ਮਕਸਦ ਹੋਇਆ ਤੁਹਾਡੇ ਕੋਲ ਪਹੁੰਚਣ ਦਾ ਵੀ ਤੁਸੀਂ ਜਿਹੜਾ ਪਰਿਵਾਰ ਦੇ ਵਿੱਚ ਅੱਠ ਅੱਖਾਂ ਨੇ ਜਿਹੜੀਆਂ ਦਾਨ ਕਰ ਚੁੱਕੀਆਂ ਨੇ ਕਿਸੇ ਨੇਤਰਹੀਣ ਬੰਦੇ ਨੂੰ ਤੁਸੀਂ ਇੱਕ ਦੁਨੀਆ ਦਿਖਾਈ ਹੈ ਕਿਵੇਂ ਦਾ ਮਹਿਸੂਸ ਹੁੰਦਾ ਜਦ ਲੋਕੀ ਉਹੀ ਜਿਨ੍ਹਾਂ ਨੂੰ ਅੱਖਾਂ ਦਾਨ ਕੀਤੀਆਂ ਨੇ ਤੁਹਾਡੇ ਕੋਲ ਆ ਕੇ ਤੁਹਾਨੂੰ ਮਿਲਦੇ ਨੇ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਦੇਖੋ ਇੱਕ ਤਾਂ ਤੁਸੀਂ ਕਿਸੇ ਨੂੰ ਨਵੀਂ ਦੁਨੀਆ ਦਿਖਾਈ ਤੇ ਤੁਹਾਡਾ ਜਿਹੜਾ ਪਰਿਵਾਰ ਦੇ ਮੈਂਬਰ ਦਾ ਅੰਗ ਸੀ ਉਹ ਵੇਸਟ ਨਹੀਂ ਗਿਆ ਕਿਸੇ ਦੇ ਕੰਮ ਆਇਆ ਤਾਂ ਦੁਨੀਆ ਦੇਖੂ ਅੱਗੇ ਉਹ ਆਪਦਾ ਪਰਿਵਾਰ ਜਿਲਾਉ ਤੇ ਦਾਨ ਦੀ ਪਰਭਾਸ਼ਾ ਇਹ ਬਦਲ ਗਈ ਜੀ ਵੀ ਆਪਾਂ ਕਹਿੰਦੇ ਹੁੰਦੇ ਸੀ ਕਿ ਕਾਲੀ ਖਾਣ ਪੀਣ ਵਾਲੀ ਚੀਜ਼ ਨਾ ਸਾਡਾ ਮਰਨ ਤੋਂ ਬਾਅਦ ਸਰੀਰ ਦਾਨ ਹੋ ਸਕਦਾ ਆਪਣੇ ਪਰਿਵਾਰ ਨੇ ਕੀਤਾ ਜੀ ਤੁਹਾਡੇ ਸਾਹਮਣੇ ਆ ਅੱਠ ਅੱਖਾਂ ਦੇ ਦਿੱਤੀਆਂ ਤੇ ਦੋ ਸਰੀਰ ਦਾਨ ਦਿੱਤੇ ਪਰਿਵਾਰਿਕ ਮੈਂਬਰ ਕੌਣ-ਕੌਣ ਸੀ ਤੁਹਾਡਾ ਕੀ ਰਿਸ਼ਤਾ ਸੀ ਉਹਨਾਂ ਨਾਲ ਪਹਿਲੀ ਵਾਰ 2006-7 ਦੇ ਵਿੱਚ ਮੇਰੇ ਭਰਾ ਸਰਦਾਰ ਮੁਖਤਿਆਰ ਸਿੰਘ ਅਕਤੂਬਰ 2012 ਦੇ ਵਿੱਚ ਮਾਤਾ ਜੀ ਨਸੀਬਕੌਰ ਉਹਨਾਂ ਦੀਆਂ ਅੱਖਾਂ ਤੇ ਸਰੀਰ ਪੀ ਜੇ ਝੰਡੀਗੜ ਤੇ 2015 ਚ ਭਾਬੀ ਜੀ ਜਸਵੰਤ ਕੌਰ ਤੇ 2015 ਚ ਬਾਪੂ ਜੀ ਸਰਦਾਰ ਕਰਤਾਰ ਸਿੰਘ ਉਹਨਾਂ ਦਾ ਵੀ ਅੱਖਾਂ ਦਾਣ ਤੇ ਸਰੀਰਦਾਨ ਪੀਜੀ ਭੇਜਿਆ ਸੀ ਮਤਲਬ ਅੱਖਾਂ ਦੇ ਨਾਲ ਨਾਲ ਤੁਸੀਂ ਸਰੀਰ ਵੀ ਦਾਨ ਕੀਤੇ ਨੇ ਆਪਾਂ ਦੇਖਦੇ ਹਾਂ ਪਿੰਨਾ ਸ਼ਹਿਰਾਂ ਦੇ ਵਿੱਚ ਅਕਸਰ ਆਪਾਂ ਦਾਨਪੁਨ ਕਰਦੇ ਰਹਿੰਦੇ ਆ ਵੀ ਭਲਾ ਹੋਊਗਾ ਬਹੁਤ ਹੀ ਅੱਜ ਕੱਲ ਦੇ ਜਿਹੜੇ ਲੋਕ ਨੇ ਇੱਧਰ ਰੁੱਝ ਗਏ ਨੇ ਹਨਾ ਦਾਨਪੁਨ 'ਚ ਵਿਸ਼ਵਾਸ ਕਰਨ ਲੱਗੇ ਨੇ ਪਰ ਤੁਹਾਡੇ ਮਨ 'ਚ ਆਰਗਨਸ ਡੋਨੇਟ ਕਰਨ ਦਾ ਕਿੱਦਾਂ ਆਇਆ ਕੀ ਤੁਹਾਨੂੰ ਇਦਾਂ ਦਾ ਲੱਗਿਆ ਵੀ ਇਹ ਚੀਜ਼ ਡੋਨੇਟ ਕਰਨੀ ਚਾਹੀਦੀ ਹੈ ਮੈਂ ਨਾ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਇੱਕ ਮੈਂ ਰਾਈਟਰ ਹੋਣ ਕਰਕੇ ਮੈਂ ਕਾਫੀ ਖੋਜ ਪੜਤਾਲ ਕੀਤੀ ਆਲੇ ਦੁਆਲੇ ਤੋਂ ਮੈਂ ਪੰਜਾਬੀ ਟ੍ਰਿਬਿਊਨ ਅਖਬਾਰ ਲਈ ਵੀ ਲਿਖਦਾ ਰਿਹਾ ਆਰਟੀਕਲ ਵਗੈਰਾ ਮੈਂ ਸੋਚਿਆ ਵੀ ਕਿਵੇਂ ਨਾ ਕਿਵੇਂ ਨਵੇਂ ਕਲਾ ਕੰਮ ਕੀਤਾ ਜਾਵੇ ਸਮਾਜ ਦੇ ਵਿੱਚ ਜਿਹਨੂੰ ਕਿਸੇ ਨੇ ਅਜੇ ਤੱਕ ਟੱਚ ਨਹੀਂ ਕੀਤਾ ਪਰ ਕੀਤਾ ਆਪਣੇ ਪਰਿਵਾਰ ਤੋਂ ਸ਼ੁਰੂ ਜਾਵੇ ਉਹ ਕਿਸੇ ਨੂੰ ਕਹਿਣ ਨਾਲੋਂ ਆਪਣੇ ਪਰਿਵਾਰ ਤੋਂ ਸ਼ੁਰੂ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਦਦੋ ਅਸੀਂ ਦੂਜੇ ਨੂੰ ਕਹਿ ਕੇ ਕਰਾਉਣਾ ਤਾਂ ਅੱਗੇ ਉਹ ਸਵਾਲ ਆਉਂਦਾ ਵੀ ਤੂੰ ਨਹੀਂ ਕਰਿਆ ਆਪ ਜਦੋਂ ਆਪਣਾ ਕਰਿਆ ਹੋਊ ਤਾਂ ਅਗਲਾ ਵੀ ਕਹਿੰਦਾ ਵੀ ਹਾਂ ਇਹਨੇ ਕਰਿਆ ਹੋਇਆ ਆਪਾਂ ਵੀ ਕਰੋ ਸੋ ਮੈਂ ਆਈਡ ਨੇਸ਼ਨ ਦਾ ਪਹਿਲਾ ਫੈਸਲਾ ਤੇ ਬਾਡੀ ਡਨੇਸ਼ਨ ਦਾ ਹੁਣ ਵੀ ਜਿੰਨੇ ਮੈਂਬਰਾਂ ਸੀ ਆਈਡੋਨਰਾਂ ਬਾਡੀ ਡੋਨਰਾਂ ਸ ਆਜ ਕੱਲ ਜਿਹੜੇ ਲੋਕ ਨੇ ਬਹੁਤ ਜਜਮੈਂਟਲ ਹੋ ਗਏ ਨੇ ਸਰਟੀਫਿਕੇਟ ਆਪਣੇ ਆਪ ਹੀ ਦੇ ਦਿੰਦੇ ਨੇ ਲੋਕਾਂ ਨੂੰ ਵੀ ਇਹ ਆਏ ਆ ਕਾਫੀ ਲੋਕਾਂ ਦੇ ਮਨ ਚ ਮਨਾਂ ਚ ਇਹ ਹੋਊਗਾ ਵੀ ਜੇ ਅਸੀਂ ਆ ਡੋਨੇਟ ਕਰਦੇ ਆ ਵੀ ਸਹੀ ਪਾਸੇ ਨੂੰ ਵਰਤਿਆ ਜਾਊਗਾ ਜਾਂ ਮਨ ਚ ਕਾਫੀ ਨੈਗੇਟਿਵ ਥੌਟਸ ਜ਼ਿਆਦਾ ਨੇ ਪੋਜ਼ਿਟਿਵ ਨਾਲੋਂ ਉਹਨਾਂ ਨੂੰ ਤੁਸੀਂ ਕਿੱਦਾਂ ਮੋਟੀਵੇਟ ਕਰਦੇ ਹੋ ਜਿਹੜੇ ਲੋਕ ਆਈ ਡੋਨਰ ਬਣ ਕੇ ਆਉਂਦੇ ਨੇ ਉਹੋ ਦੇਖੋ ਜੀ ਆਈ ਡੋਨੇਸ਼ਨ ਤੇ ਪਹਿਲਾਂ ਤਾਂ ਬਹੁਤ ਵੱਡੀ ਘਾਟ ਆ ਆਪਣੇ ਕਿਉਂਕਿ ਜਿੰਨੀਆਂ ਵੀ ਆਈ ਡੋਨੇਸ਼ਨ ਹੁੰਦੀਆਂ ਨੇ ਉਹ ਉਸੇ ਟਾਈਮ ਹੀ ਟ੍ਰਾਂਸਪਲੈਂਟ ਹੁੰਦੀਆਂ ਨੇ ਠੀਕ ਹੈ ਜੀ ਦੂਜੀ ਗੱਲ ਬਾਡੀ ਡਰਨੇਸ਼ਨ ਦਾ ਤੁਸੀਂ ਦੇਖ ਹੀ ਲਿਆ ਫਿਰ ਤੁਰਕੇ ਕਿੰਨਾ ਹੈ ਜੇ ਘਟੋ ਘਟ ਇੱਕ ਪਿੰਡ ਚੋਂ ਮੇਰਾ ਖਿਆਲ ਹੈ ਵੀ 5-4 ਸਾਲਾਂ ਚ ਇੱਕ ਬਾਡੀ ਡਰਨੇਟ ਹੁੰਦੀ ਹੋਵ ਐਵਰੇਜ ਕੀ ਆ ਕੁਝ ਵੀ ਨਹੀਂ ਕਿਉਂਕਿ ਮਿਸਯੂਜ਼ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜੀ ਕਿਉਂਕਿ ਇਹ ਚੀਜ਼ਾਂ ਹੀ ਤਾਂ ਲੋਡ ਇੰਨੀ ਆ ਡਾਕਟਰ ਬੜੇ ਜ਼ਿੰਮੇਵਾਰ ਡਾਕਟਰ ਨੇ ਜਿਹੜੇ ਫੀਲਡ ਚ ਲੱਗੇ ਹੋਏ ਨੇ ਆਈ ਟ੍ਰਾਂਸਪਲੈਂਟ ਦੇ ਆਈ ਡਨੇਸ਼ਨ ਦੇ ਜਾਂ ਬਾਡੀ ਡਰਨੇਸ਼ਨ ਦੇ ਵਿੱਚ ਇਥੇ ਰਿਸਰਚ ਹੁੰਦੀ ਆ ਜਿਵੇਂ ਪੀਜੀਆ ਚੰਡੀਗੜ੍ਹ ਹੈ ਤਾਂ ਉਹਨਾਂ ਨੂੰ ਬਹੁਤ ਜ਼ਰੂਰਤ ਹੈ ਜੀ ਬੋਡੀਆਂ ਦੀ ਸਗੋਂ ਇਹ ਫਸੇ ਆਪਾਂ ਨੂੰ ਆਉਣਾ ਚਾਹੀਦਾ ਡਰ ਪੈਦੀ ਤਾਂ ਲੋੜ ਹੀ ਨਹੀਂ ਇਹਦੇ ਵਿੱਚ ਜੋ ਵੀ ਤੁਹਾਡਾ ਤੁਸੀਂ ਦਾਨ ਦਿੱਤਾ ਉਹ ਸਹੀ ਥਾਂ 'ਤੇ ਲੱਗਦਾ ਜੀ ਤੁਸੀਂ ਦਾਨ ਕੀਤਾ ਤਾਂ ਅੱਗੇ ਅੱਖ ਵੀ ਦਾਨ ਹੀ ਲੱਗਦੀ ਹੈ ਫ੍ਰੀ ਲੱਗਦੀ ਹੈ ਕੋਈ ਸੱਤੋਂ ਅੱਖ ਦਾ ਉੱਥੇ ਕੋਈ ਪੈਸਾ ਨਹੀਂ ਲਿਆ ਜਾਂਦਾ ਜੀ ਸਾਰਾ ਕੁਝ ਉੱਥੇ ਫ੍ਰੀ ਹੈ ਉੱਥੇ ਸਗੋਂ ਰਹਿਣਾ ਵੀ ਫ੍ਰੀ ਹੈ ਖਾਣਾ ਵੀ ਫ੍ਰੀ ਹੈ ਜੀ ਲੁਬਿਆਣੇ ਹਸਪੀਟਲ ਜਾ ਕੇ ਦੇਖ ਲਓ ਤੁਸੀਂ ਉੱਥੇ ਸਗੋਂ ਜਾ ਕੇ ਤੁਸੀਂ ਵਿਜ਼ਿਟ ਕਰਿਓ ਤੁਹਾਨੂੰ ਹੋਰ ਵਧੀਆ ਲੱਗੂ ਲੋਕਾਂ ਨੂੰ ਜਿਨ੍ਹਾਂ ਨੂੰ ਆਈ ਡੋਨੇਟ ਕੀਤਾ ਗਿਆ ਗਿਆ ਡਾਕਟਰਸ ਵੱਲੋਂ ਉਹ ਲੋਕ ਜਿੱਦਾਂ ਵੇਰਵਾ ਤੁਹਾਡਾ ਉੱਥੇ ਹੋਊਗਾ ਤੁਹਾਡੇ ਕੋਲ ਆਉਂਦੇ ਹੋਣਗੇ ਤੁਹਾਨੂੰ ਫੋਨ ਕਰਦੇ ਹੋਣਗੇ ਬਹੁਤ ਹੀ ਧੰਨਵਾਦੀ ਹੋਣਗੇ ਤੁਹਾਡੇ ਹਨਾ ਵੀ ਉਹਨਾਂ ਨੂੰ ਤੁਸੀਂ ਇੱਕ ਜਿਹੜਾ ਵਰਲਡ ਦੇਖਣ ਨੂੰ ਮਿਲੇ ਉਹਨਾਂ ਨੂੰ ਹਾਂਜੀ ਇਹ ਤੁਸੀਂ ਇੱਕ ਦੇਖੋ ਵੀ ਜਿਸ ਇਨਸਾਨ ਆਪਣੇ ਅੱਖ 'ਚ ਕਚਰਾ ਪੇਜੇ ਆਪਾਂ ਅੱਖਾਂ ਮਲਦੇ ਆ ਕਿੰਨੀ ਤਕਲੀਫ ਹੁੰਦੀ ਹੈ ਜਿਹੜੇ ਇਨਸਾਨ ਨੂੰ ਦੁਨੀਆ ਨਹੀਂ ਦਿਖ ਰਹੀ ਤਾ ਉਹਨੂੰ ਕਿੰਨੀ ਤਕਲੀਫ ਹੋਵੇਗੀ ਜਦੋਂ ਉਹਦੀ ਅੱਖ ਟ੍ਰਾਂਸਪਲੈਂਟ ਹੋ ਗਈ ਤਾਂ ਉਹਦੇ ਲਈ ਇਹ ਦੁਨੀਆ ਸਵਰਗ ਬਣ ਜਾਏਗੀ ਤਾਂ ਉਹ ਧੰਨਵਾਦ ਡਾਕਟਰਾਂ ਦਾ ਸਾਡਾ ਜਾਂ ਜਿਹਨੇ ਦੱਸਿਆ ਹਸਪੀਟਲ ਦਾ ਵੀ ਇੱਥੇ ਹੁੰਦਾ ਤਾਂ ਸਾਰੇ ਉਹ ਮਤਲਬ ਇੰਨੇ ਮੈਂ ਦੇਖਿਆ ਇੰਨੇ ਲੋਕ ਖੁਸ਼ ਹੁੰਦੇ ਆ ਜੀ ਉਹਨਾਂ ਨੂੰ ਇਹ ਹੁੰਦਾ ਵੀ ਸਾਡਾ ਜਨਮ ਹੀ ਹੋਣ ਹੋਇਆ ਜਦੋਂ ਦੇਖਿਆ ਹੀ ਨੀਗਾ ਕਦੇ ਦੁਨੀਆ ਨੂੰ ਦੇਖਿਆ ਹੀ ਨੀਗਾ ਸਿਰਫ ਸੁਣ ਸਕਦੇ ਨੇ ਆ ਕਈ ਜਿੱਦਾਂ ਅੱਖਾਂ 'ਚ ਜਿਨ੍ਹਾਂ ਨੂੰ ਨਹੀਂ ਦਿਖਦਾ ਉਹ ਬਹੁਤ ਜ਼ਿਆਦਾ ਮਤਲਬ ਤੁਸੀਂ ਦੱਸ ਰਹੇ ਸੀ ਪਹਿਲਾਂ ਵੀ ਇੱਕ ਬੰਦਾ ਸੀ ਜਿਹੜਾ ਉੱਠ ਕੇ ਭੱਜ ਗਿਆ ਸੀ ਮੈਂ ਕਹੂੰਗੀ ਜ਼ਰੂਰ ਜਿਹੜੇ ਸਰੋਤੇ ਨੇ ਉਹਨਾਂ ਨੂੰ ਦੱਸੋ ਉਹ ਗੱਲ ਜਦੋਂ ਆਪਾਂ ਨਾ ਨਵੀਂ ਚੀਜ਼ ਦੇਖਦੇ ਆ ਆਪਾਂ ਨੂੰ ਜੰਬਾ ਹੋ ਜਾਂਦਾ ਵੀ ਮੰਨ ਲਓ ਤੁਸੀਂ ਕਿਸੇ ਬੱਚੇ ਦੀਆਂ ਅੱਖਾਂ ਖੋਲ ਦੋ ਅੱਖਾਂ ਬੰਦੋ ਅੱਖਾਂ ਬੰਦ ਕੇ ਉਹਨੂੰ ਕਾਫੀ ਜੀ ਰੋਸੇ ਤਰ੍ਹਾਂ ਫਿਰਨ ਦਿਓ ਉਹਨੂੰ ਅਤੇ ਅਗਿਆਤ ਥਾਂ 'ਵੇਂ ਛੱਡ ਦੋ ਲਾ ਜਾ ਕੇ ਜਦੋਂ ਉਹਦੀਆਂ ਅੱਖਾਂ ਖੋਲੋਗੇ ਉਹ ਉੱਥੋਂ ਭੱਜ ਜਾਊਗਾ ਇਹੀ ਕੰਮ ਜਦੋਂ ਕਿਸੇ ਬੰਦੇ ਨੇ ਦੁਨੀਆ ਨਹੀਂ ਦੇਖੀ ਉਹਨੂੰ ਪਤਾ ਲੱਗਦਾ ਵੀ ਹਾਰ ਨਾ ਪੈਦੇ ਨੇ ਯਾਰ ਇਹ ਕੋਈ ਵਹੀ ਗੱਲ ਹੋਊ ਜਾਂ ਕੀ ਹੋਊ ਕਿਵੇਂ ਦਾ ਹੋ ਉਹ ਅੱਗੇ ਦੀ ਅੱਗੇ ਜਦੋਂ ਗਿਆ ਦੁਨੀਆ ਬਦਲਦੀ ਗਈ ਤਾਂ ਕਾਫੀ ਮਤਲਬ ਉਸ ਤੋਂ ਬਾਅਦ ਉਹ ਪਤਾ ਲੱਗਿਆ ਤੀ ਵੀ ਵਿਅਕਤੀ ਆਪਦਾ ਸਹੀ ਟਿਕਾਣੇ ਤੇ ਮੁੜਿਆ ਆਇਆ ਸੀ ਅਚੰਭਾ ਹਰੇਕ ਨੂੰ ਹੁੰਦਾ ਜੀ ਕੋਈ ਕਿਥੇ ਦੇਸ਼ ਬਾਕ ਜੇ ਉਹਨੂੰ ਅੱਗੇ ਹੁੰਦਾ ਮੈਂ ਹੋਰ ਅਗਲੇ ਦੇਸ਼ ਜਾਵਾਂ ਉਹਦਾ ਬਾਰਡਰ ਦੇਖਾਂ ਆ ਦੇਖਾਂ ਮਤਲਬ ਹਰੇਕ ਨੂੰ ਇਹ ਕੁਦਰਤੀ ਹੁੰਦਾ ਹੈ ਤੁਸੀਂ ਇਹ ਜਿਹੜੀ ਚੇਨ ਹੈ ਮੈਂ ਕਹੂੰਗੀ ਚਲਾਈ ਆ ਹਨਾ ਵੀ ਅੱਗੇ ਤੋਂ ਅੱਗੇ ਤੁਹਾਡੀ ਫੈਮਿਲੀ ਵੱਲੋਂ ਵੀ ਅੱਗੇ ਜਿਹੜੇ ਹੈਗੇ ਨੇ ਉਹ ਡੋਨਰ ਬਣ ਬਣ ਗਏ ਨੇ ਹਾਂਜੀ ਅਸੀਂ ਸਾਰੇ ਆਈਡੈਂਟਿਟੀ ਦੇ ਬੋਡੀ ਆਈਡੈਂਟਿਟੀ ਦੇ ਫਾਰਮ ਫਿਲ ਕੀਤੇ ਹੋਏ ਨੇ ਤੇ ਮਤਲਬ ਅਸੀਂ ਕਹਿੰਨੇ ਨਾ ਜੀਵਨ ਚੱਕਰ ਚੱਲਦਾ ਰਹੇ ਵਧੀਆ ਜਦੋਂ ਵੀ ਇਹੋ ਜਿਹਾ ਸਮਾਂ ਆਉਣਾ ਤਾਂ ਸਾਡੀ ਪਹਿਲੀ ਕਾਲ ਲੁਧਿਆਣੇ ਜਾਂਦੀ ਆ ਡਾਕਟਰ ਮੇਹ ਜੀ ਨੂੰ ਤੇ ਦੂਜੀ ਕਾਲ ਸਾਡੀ ਪੀਜੀ ਚੰਡੀਗੜ੍ਹ ਜਾਂਦੀ ਆ ਸਰ ਮੈਂ ਇੱਕ ਗੱਲ ਪੁੱਛੂੰਗੀ ਵੀ ਜਦੋਂ ਤੁਸੀਂ ਦੱਸਿਆ ਵੀ ਤੁਹਾਡੇ ਮਾਤਾ ਜੀ ਦੀਆਂ ਜਿਹੜੇ ਬਾਡੀ ਆ ਜਿਹੜੀ ਦਾਨ ਹੋਈ ਸੀਗੀ ਆਪਾਂ ਅੱਖਾਂ ਦੀ ਗੱਲ ਕਰ ਜੰਦੇ ਨੇ ਕਈਆਂ ਦੀ ਨਿਗਾ ਕਮਜ਼ੋਰ ਹੁੰਦੀ ਐ ਅੱਖਾਂ ਦੀ ਜਾਂ ਰੋਸ਼ਨੀ ਆਪਾਂ ਕਵਾਂਗੇ ਜਿੱਦਾਂ ਤੁਸੀਂ ਡਾਕਟਰ ਡਾਕਟਰਸ ਨੂੰ ਦਿੰਨੇ ਉਹਦੇ ਵਿੱਚ ਉਹ ਚੀਜ਼ ਮੈਂਸ਼ਨ ਹੁੰਦੀ ਵੀ ਐ ਇੰਨੀ ਏਜ ਗਰੁੱਪ ਦਾ ਬੰਦਾ ਐ ਤੇ ਨੂੰ ਇੰਨੇ ਏਜ ਗਰੁੱਪ ਦੇ ਬੰਦੇ ਨੂੰ ਅੱਗੇ ਡੋਨੇਟ ਹੋਣੀ ਆ ਹਾਂਜੀ ਇਹ ਤਾਂ ਏਜ ਮੈਚ ਤਾਂ ਜ਼ਰੂਰੀ ਡਾਕਟਰ ਸਾਹਿਬ ਦੇਖਦੇ ਨੇ ਜੀ ਹੂੰ ਕਿਉਂਕਿ ਹੁਣ ਤੁਸੀਂ ਮੰਨ ਲਓ ਵੀ ਇੱਕ ਆਪਾਂ ਗੱਲ ਕਰਦੇ 75 ਸਾਲ ਦੇ ਬੰਦੇ ਦੇ ਅੱਖ ਪੈਣੀ ਆ ਅਗਰ ਉਹ 16 ਸਾਲ ਦੇ ਦੇ ਪਾ ਦਿੱਤੀ ਜਾਵੇ ਕਿਉਂਕਿ 75 ਸਾਲ ਦੇ ਬੰਦੇ ਨੇ ਕਿੰਨਾ ਕਿ ਜਿਉਣਾ ਜੀ ਤੇ ਅਗਰ ਉਹੀ 16 ਸਾਲ ਦੇ ਬੱਚੇ ਦੀ ਅੱਖ ਜੇ 18 20 22 24 ਸਾਲ ਦੇ ਬੱਚੇ ਦੇ ਪਾਈ ਜਾਵੇ ਤਾਂ 30 35 ਸਾਲ ਤਾਂ ਦੁਨੀਆ ਦੇਖੂ ਗਈ ਇਸੇ ਕਰਕੇ ਏਜ ਮੈਟਰ ਜ਼ਰੂਰ ਦੇਖਿਆ ਜਾਂਦਾ ਆਈ ਟ੍ਰਾਂਸਪਲੈਂਟ ਲਈ ਤੁਸੀਂ ਦੱਸਿਆ ਵੀ ਬੋਡੀਜ਼ ਵੀ ਜਿਹੜੀਆਂ ਨੇ ਉਹ ਡੋਨੇਟ ਕੀਤੀਆਂ ਸੀਗੀਆਂ ਜਿਹੜੇ ਅੰਦਰ ਆਰਗਨ ਸੀ ਬਿਲਕੁਲ ਠੀਕ ਠਾਕ ਸੀਗੇ ਮਤਲਬ ਡਾਕਟਰਸ ਨੇ ਉਹਨਾਂ ਦਾ ਦੇਖਿਆ ਹੋਣਾ ਵੀ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਬੋਡੀ ਦੇ ਆਰਗਨਸ 'ਚ ਇਹ ਮਤਲਬ ਜਿਹੜੇ ਮੁੰਡੇ ਐ ਐਮਬੀਬੀਐਸ ਕਰਦੇ ਆ ਜਾਂ ਮੈਡੀਕਲ ਐਂ ਦੇ ਜਾਂ ਹੋਰ ਨੇ ਸਰਜਰੀਆਂ ਨੇ ਜਾਂ ਆਰਥ ਵਾਲੇ ਨੇ ਉਹ ਜਿੰਨੇ ਵੀ ਨੇ ਇਹਨਾਂ ਨੇ ਇੱਕ ਸਬਜੈਕਟ ਚੁਣਨਾ ਹੁੰਦਾ ਜੀ ਵੀ ਇਹ ਜਿਹੜੀ ਬਾਡੀ ਆ ਇਹਦੀ ਮੈਮਰੀ ਤੇ ਹੀ ਹੋਜੇ ਇਹ ਆ ਇਹਦਾ ਹਾਰਟ ਤੇ ਹੋ ਇਹਦੀ ਕਿਡਨੀ ਤੇ ਹੋ ਉਹ ਜਦੋਂ ਉਹਨਾਂ ਦੀ ਸਰਟੀਫਿਕੇਸ਼ਨ ਹੋ ਜਾਂਦੀ ਹੈ ਉਹ ਸਿੱਟੇ ਤੇ ਪਹੁੰਚ ਜਾਂਦੇ ਨੇ ਉਹ ਉਦੋਂ ਆਪਣੀ ਖੋਜ ਨੂੰ ਮੁਕੰਮਲ ਕਰਦੇ ਨੇ ਬਾਕਾਇਦਾ ਉਹ ਸਾਈਟਾਂ ਤੇ ਪਾਉਂਦੇ ਰਹਿੰਦੇ ਆ ਵੀ ਸਾਨੂੰ ਇਹਦੇ ਚੋ ਕੀ ਲੱਭਿਆ ਕੀ ਨਵਾਂ ਕੀ ਮਿਲਿਆ ਤਾਂ ਸਾਰਾ ਕੁਝ ਆਉਂਦੀ ਰਿਕਾਰਡ ਪਿਆ ਜੀ ਪੀਜੀਆ ਦੀ ਸਾਈਟ ਤੇ ਕਈ ਲੋਕ ਬਹੁਤ ਡਰਦੇ ਹੋਣਗੇ ਹਨਾ ਵੀ ਅਸੀਂ ਇਦਾਂ ਕਰਨਾ ਕਿਵੇਂ ਕਰਾਂਗੇ ਵੀ ਅਕਸਰ ਕਿ ਜਿੱਦਾਂ ਹੁੰਦਾ ਵੀ ਆਪਾਂ ਖਰੋਚ ਲੱਗ ਜਵੇ ਬਾਡੀ ਤੇ ਉਹ ਵੀ ਨਹੀਂ ਬਰਦਾਸ਼ਤ ਕਰਦੇ ਤੁਸੀਂ ਦੱਸਿਓ ਅਸੀਂ ਆਖਰ ਵਿੱਚ ਕੋਈ ਰੋੜੀ ਪੈ ਜਵੇ ਆਪਾਂ ਮਲ ਦਿੰਨੇ ਆ ਉਹ ਵੀ ਪੇਨਫੁੱਲ ਹੁੰਦੀ ਆ ਪਰ ਤੁਸੀਂ ਦੱਸਿਓ ਵੀ ਤੁਸੀਂ ਆਪਣੇ ਮੰਮਾ ਦੀ ਹਨਾ ਆਪਣੇ ਮਾਤਾ ਜੀ ਦੀ ਜਿਹੜੀ ਬਾਡੀ ਆ ਤੇ ਆਈਜ਼ ਨੇ ਡੋਨੇਟ ਕੀਤੀਆਂ ਮਾਂ ਨਾਲ ਤਾਂ ਬਹੁਤ ਪਿਆਰ ਹੁੰਦਾ ਤੁਸੀਂ ਇਹ ਫੈਸਲਾ ਮਤਲਬ ਕਿਦਾਂ ਮੰਮਾ ਹੋਣਾ ਦੀ ਵੇਸ਼ ਸੀ ਤੁਹਾਡੇ ਵੀ ਇਦਾਂ ਮੇਰਾ ਜਿਹੜਾ ਮੇਰੇ ਬਾਡੀ ਆ ਉਹ ਮੇਰੀ ਅੱਗੇ ਡੋਨੇਟ ਕੀਤੀ ਜਾਵੇ ਹਾਂਜੀ ਮੈਂ ਦੱਸਿਆ ਵੀ ਸਾਡੀ ਬੇਬੇ ਜੀ ਇੱਕ ਤਾਂ ਮਿਹਨਤੀ ਬਹੁਤ ਸੀ ਇੱਕ ਧਾਰਮਿਕ ਖਿਆਲਾਂ ਦੇ ਸੀ ਅਸੀਂ ਮੈਂ ਵੱਡੇ ਵੀਰ ਜੀ ਕੈਪਟਨ ਸਰਦਾਰ ਬਲਦੇਵ ਸਿੰਘ ਅਸੀਂ ਹੱਸਦੇ ਹੁੰਦੇ ਸੀ ਬੇਬੇ ਜੀ ਜਦੋਂ ਉਹਦਾ ਟਾਈਮ ਆ ਗਿਆ ਸਾਨੂੰ ਅਸੀਂ ਚੰਡੀਗੜ੍ਹ ਛੱਡਿਆ ਉਹ ਕਹਿੰਦੀ ਵੀ ਠੀਕ ਹੈ ਵੀ ਤੁਸੀਂ ਜਿਹੜਾ ਕੰਮ ਕਰੋਗੇ ਵਧੀਆ ਹੀ ਕਰੋਗੇ ਵੀ ਵਿਸ਼ਵਾਸ ਆ ਬੱਚਿਆਂ ਤੇ ਤੇ ਕਿਉਂਕਿ ਵੀਰ ਜੀ ਦੀਆਂ ਅੱਖਾਂ ਪਹਿਲਾਂ ਗਈਆਂ ਸੀ ਸਰਦਾਰ ਮਖਤਿਆਰ ਸਿੰਘ ਦੀਆਂ ਤੇ ਉਸ ਤੋਂ ਬਾਅਦ ਬੇਬੇ ਜੀ ਦਾ ਜੋ ਸੀ ਉਹ ਸਾਰਾ ਵਧੀਆ ਹੋਇਆ ਤੇ ਇਹ ਬੇਬੇ ਜੀ ਦਾ ਜਿਹੜਾ ਕੇਸ ਸੀ ਬਾਡੀ ਡੋਨੇਟਰ ਦਾ ਇਹ ਇਲਾਕੇ ਸਾਡੇ ਤਕਰੀਬਨ ਪਹਿਲਾ ਕੇਸ ਸੀ ਅੱਖਾਂ ਦੇ ਕੇਸ ਤਾਂ ਪਹਿਲਾਂ ਬਹੁਤ ਹੋਏ ਤਾਂ ਉਹਦਾ ਨਾ ਬੜਾ ਜੀਬੋ ਗਰੀਬ ਲੱਗਿਆ ਕਿ ਇੱਕ ਮਿਹਨਤ ਕਰਨ ਵਾਲੀ ਔਰਤ ਜਿਹੜੀ ਧਾਰਮਿਕ ਖਿਆਲਾਂ ਦੀ ਹੋਵੇ ਉਹ ਕਿਨੇ ਫੈਸਲਾ ਲੈ ਸਕਦੇ ਆ ਮੈਂ ਅੱਖਾਂ ਦਾਣ ਕਰਾਂ ਤੇ ਸਰੀਰ ਦਾ ਪਾਣੀ ਜ਼ਮਾਨੇ ਦੇ ਵਿੱਚ ਹੁੰਦਾ ਸੀਗਾ ਵੀ ਬਜ਼ੁਰਗ ਜਿਹੜੇ ਹੁੰਦੇ ਸੀ ਬਹੁਤ ਹੀ ਹਨਾ ਵੀ ਨਹੀਂ ਐਦਾਂ ਨਹੀਂ ਸਾਨੂੰ ਤਾਂ ਤੁਸੀਂ ਸਸਕਾਰ ਹੀ ਕਰਿਓ ਸਾਡਾ ਹਨਾ ਵੀ ਆਪਾਂ ਜਿੱਦਾਂ ਕਰਦੇ ਆ ਇਲੈਕਟ੍ਰਿਕ ਹਾਂ ਜਿੱਦਾਂ ਅੱਗ ਨਾਲ ਵੀ ਉਹ ਚੀਜ਼ ਕਰਿਓ ਤੁਹਾਡੇ ਮਮਾ 'ਚ ਇਹ ਸੋਚ ਸੀਗੀ ਹਨਾ ਪਿੰਡ ਦੇ ਵਿੱਚ ਤੁਸੀਂ ਰਹਿੰਦੇ ਹੋ ਚਨੇੜ ਤੁਸੀਂ ਦੱਸਿਆ ਹੋਰ ਵੀ ਜਿਹੜੇ ਬਹੁਤ ਪਿੰਡ ਵਾਸੀ ਹੋਣਗੇ ਇਸ ਗੱਲ ਤੇ ਅਮਲ ਕਰਦੇ ਹੋਣਗੇ ਸਾਡੇ ਪਿੰਡ 'ਚ ਇਹ ਵਧੀਆ ਪਰਤ ਪੈ ਗਈ ਜੀ ਅੱਖਾਂ ਗ੍ਰੇਟ ਹੋ ਰਹੀਆਂ ਨੇ ਤਾ ਸਾਡੇ ਲਾਗਲੇ ਪਿੰਡ ਹੈ ਸਾਡਾ ਦੋਸਤ ਸੀ ਉਹਨੇ ਆਪਣੀ ਬਾਡੀ ਦਾਨ ਕਰੀ ਹੈ ਤੇ ਤੁਹਾਨੂੰ ਮੈਂ ਨਵੀਂ ਗੱਲ ਦੱਸਾਂ ਜਦੋਂ ਉਹ ਨਾ ਬੇਬੇ ਜੀ ਦੀ ਅੱਖਾਂ ਲੈ ਰਹੇ ਸੀ ਡਾਕਟਰਾਂ ਨੇ ਕਿਹਾ ਵੀ ਕੋਲੇ ਨਾ ਖੜੋ ਠੀਕ ਨਹੀਂ ਹੁੰਦਾ ਤਾਂ ਉਹ ਬੰਦੇ ਨੂੰ ਚੱਕਰ ਆ ਗਿਆ ਜੀ ਚੱਕਰ ਆ ਗਿਆ ਉਹ ਡਿੱਪਣਾ ਸੀ ਅੱਛਾ ਸਰ ਆਪਾਂ ਦੇਖਦੇ ਆਂ ਵੀ ਅੱਜ ਕੱਲ ਦਾ ਜਿਹੜਾ ਯੂਥ ਹੈ ਲੰਬੇ ਸਮੇਂ ਲਈ ਕੋਈ ਨਹੀਂ ਸੋਚਦਾ ਹੈਗਾ ਵੀ ਹਮੇਸ਼ਾ ਹਰੇਕ ਦੀ ਸੋਚਾ ਪਤਾ ਨਹੀਂ ਕੱਲ ਦਾ ਦਿਨ ਚੜ੍ਹਨਾ ਪਤਾ ਨਹੀਂ ਨਹੀਂ ਪਰ ਜੇ ਦੇਖੀਏ ਖਰਾਕਾਂ ਕੁਛ ਐਦਾਂ ਦੀਆਂ ਹੋ ਗਈਆਂ ਨੇ 30 45 ਪਲੱਸ ਹੁੰਦੇ ਨੇ ਗੋਡਿਆਂ 'ਚ ਜੋੜ ਖੜ ਜਾਂਦੇ ਨੇ ਹਨਾ ਬਹੁਤ ਪ੍ਰੋਬਲਮਜ਼ ਆਉਣ ਲੱਗੀਆਂ ਤੁਸੀਂ ਕੁਛ ਐਦਾਂ ਦਾ ਨਹੀਂ ਨਵਾਂ ਸੋਚਿਆ ਵੀ ਜਿਹੜਾ ਯੂਥ ਹੈ ਅੱਜ ਦਾ ਅਸੀਂ ਉਹਨੂੰ ਮੋਟੀਵੇਟ ਕਰੀਏ ਜਾਂ ਕੋਈ ਐਦਾਂ ਦਾ ਕੈਂਪ ਆਰਗੇਨਾਈਜ਼ ਕਰੀਏ ਬਿਕੋਜ਼ ਬਹੁਤ ਹੀ ਤੁਸੀਂ ਅਨੋਖਾ ਕੰਮ ਕਰ ਰਹੇ ਹੋ ਇੱਕ ਨਾ ਕਹਾਵਤ ਹੈ ਵੀ ਸਾਨੂੰ ਜਿਉਣ ਲਈ ਖਾਣਾ ਚਾਹੀਦਾ ਨਾ ਕਿ ਖਾਣ ਲਈ ਨਹੀਂ ਜਾਣਾ ਚਾਹੀਦਾ ਸਾਨੂੰ ਇੱਕ ਨਾ ਜਿਹੜਾ ਵੈਲਸ ਕਲਚਰ ਆ ਆਪਣੇ ਇਹਨੇ ਕਾਫੀ ਇਫੈਕਟ ਪਾਇਆ ਲੋਕਾਂ ਦੀ ਸਰੀਰਾਂ ਤੇ ਕਾਫੀ ਇਫੈਕਟ ਕਿਉਂਕਿ ਇੱਕ ਕਬਤੀ ਜੇ ਬਣ ਕੇ ਰਹਿ ਗਏ ਆਪਣੇ ਲੋਕ ਆਪਣੇ ਜਿਹਨੇ ਮਿਹਨਤੀ ਸੀ ਤੇ ਸੁੱਧ ਖਰਾਕਾਂ ਖਾਣ ਵਾਲੇ ਲੋਕ ਸੀ ਉਮਰਾਂ ਘਟਣ ਦਾ ਰੀਜਨ ਕੀ ਹੈ ਜੀ ਪੈਸਟੀਸਾਈਡ ਦੀਆਂ ਮਤਲਬ ਕਿੰਨੀ ਸਪਰੇ ਇੱਕ ਬਲਾਸਟ ਹੁੰਦਾ ਜਿਹੜਾ ਪੈਸਟੀਸਾਈਡ ਹੁੰਦਾ ਉਹ ਸਾਡੇ ਅੰਦਰ ਜਾ ਕੇ ਕਿੰਨੀਆਂ ਸਾਡੀਆਂ ਉਮਰਾਂ ਦੀ ਅੱਜ ਕੱਲ ਲਿਮਟ ਦੇਖ ਲੋ 50 50 ਸਾਲ ਦੀਆਂ ਮੌਤਾਂ ਹੋ ਰਹੀਆਂ ਹੁਣ ਨਹੀਂ ਰਿਹਾ ਕੋਈ ਕੋਈ ਆਪਦੀ ਸਿਹਤ ਵੱਲ ਧਿਆਨ ਨਹੀਂ ਦਿੰਦਾ ਜੀ ਹਰੇਕ ਬੰਦਾ ਨਵਾਂ ਘਰ ਬਣਾਉ ਲੀਡ ਲਊ ਫਰਿੱਜ ਲਊ ਜੇ ਇਹਨੂੰ ਪੱਸੋ ਸਰੀਰ ਦੇ ਟੈਸਟ ਕਰਾਏ ਨੇ ਕਾਂ ਸਰੀ ਦੇ ਟੈਸਟ ਦਾ ਕਰਾਈ ਨਹੀਂ ਹੈਗੇ ਕਦੇ ਤੇ ਤਾਂ ਕਰਕੇ ਸਾਨੂੰ ਆਪਣੀ ਬਾਡੀ ਤੇ ਵੀ ਹਰ ਇੱਕ ਧਿਆਨ ਰੱਖਣਾ ਚਾਹੀਦਾ ਤਾਂ ਕਿ ਸਾਡੇ ਮਰਨ ਤੋਂ ਬਾਅਦ ਆਰਗਾਨਿਕ ਵਧੀਆ ਕੰਮ ਆ ਸਕਣ ਜੇ ਸਾਨੂੰ ਪਹਿਲਾਂ ਹੀ ਵੀ ਬਿਮਾਰੀਆਂ ਲੱਗੀਆਂ ਨਾ ਤਾਂ ਦੇਖੋ ਜੀ 슈ਗਰ ਵਾਲੇ ਦੀ ਅੱਖ ਕੰਮ ਆਉਂਦੀ ਹੈ ਨਾ ਹੈਪੇਟਾਈਟਸ ਵਾਲੇ ਦੀ ਅੱਖ ਕੰਮ ਆਉਂਦੀ ਹੈ ਅਸੀਂ ਕਿਉਂ ਆਪਦਾ ਮਤਲਬ ਆਪਣੀ ਸਿਹਤ ਜਿਹੜੀ ਸਾਡੀ ਪੂੰਜੀ ਆ ਉਹਦਾ ਸਾਨੂੰ ਨੁਕਸਾਨ ਨਹੀਂ ਕਰਨਾ ਚਾਹੀਦਾ ਸਾਨੂੰ ਘੱਟ ਖਾਣਾ ਚਾਹੀਦਾ ਥੋੜਾ ਖਾਣਾ ਚਾਹੀਦਾ ਵਧੀਆ ਖਾਣਾ ਚਾਹੀਦਾ ਘੱਟ ਖਾਓ ਜ਼ਿਆਦਾ ਮਤਲਬ ਵਧੀਆ ਖਾਓ ਤੇ ਆਪਣੀ ਸਿਹਤ ਦਾ ਖਿਆਲ ਇੰਨਾ ਰੱਖੋ ਤੁਸੀਂ ਹਰੇਕ ਆਪਾਂ ਕੋਈ ਸਮਾਨ ਖਰੀਦਦੇ ਆ ਪੁੱਛਦੇ ਨਹੀਂ ਆਪਦੀ ਕੀਮਤ ਕੱਢੀ ਜੇ ਪੁੱਛ ਲੋ ਵੀ ਬਾਡੀ ਦੇ ਟੈਸਟ ਕਰਾਏ ਨਹੀਂ ਯਾਰ ਮੈਂ ਤਾਂ ਕਦੇ ਕਰਾਈ ਨਹੀਂ 40 ਸਾਲ ਹੋ ਗਏ ਜਦ ਕੇ ਸਾਨੂੰ ਆਪਣੀ ਬਾਡੀ ਦੇ ਵੀ ਟੈਸਟ ਕਰਾਉਂਦੇ ਰਹਿਣਾ ਚਾਹੀਦਾ ਜੇ ਅਸੀਂ ਲੰਮੀ ਉਮਰ ਭੋਗਣੀ ਆ ਤਾਂ ਕਿਉਂਕਿ ਬਾਡੀ ਜੀ ਵੀ ਕੀ ਹੈ ਵਾਇਰਸ ਐਕਟੀਵੇਟ ਹੋ ਜਾਂਦੇ ਇਹਨਾਂ ਨੂੰ ਡੀਐਕਟੀਵੇਟ ਕਰਨ ਲਈ ਮੈਡੀਸਨ ਦੀ ਲੋੜ ਪੈਂਦੀ ਹੈ ਉਹ ਅਸੀਂ ਯੂਜ਼ ਨਹੀਂ ਕਰਦੇ ਅਸੀਂ ਪਹਿਲਾਂ ਚਲੇ ਜਾਂਦੇ ਆ अच्छा सर ਜਿੱਦਾਂ ਜਿਹੜੇ ਡੋਨਰ ਬਣਦੇ ਆ ਉਹਨਾਂ ਦਾ ਕੋਈ ਮੈਡੀਕਲ ਟੈਸਟ ਵੀ ਡਾਕਟਰ ਜਿਹੜਾ ਉਹ ਕਰਦਾ ਆ ਡੋਨੇਟ ਕਰਨ ਤੋਂ ਮਤਲਬ ਜਦ ਉਹਨਾਂ ਦੀਆਂ ਉਹ ਕੱਢਦੇ ਨੇ ਅੱਖਾਂ ਕੱਢਦੇ ਨੇ ਨਹੀਂ ਉਹ ਅੱਖਾਂ ਲੈਣ ਤੋਂ ਬਾਅਦ ਟੈਸਟ ਹੁੰਦੇ ਨੇ ਓਕੇ ਅੱਖਾਂ ਲੈਣ ਤੋਂ ਬਾਅਦ ਟੈਸਟ ਹੁੰਦੇ ਆ ਪਹਿਲਾਂ ਬਲੱਡ ਦਾ ਸੈਂਪਲ ਲਿਆ ਜਾਂਦਾ ਬੋਡੀ ਚ ਤਾਂ ਉਸ ਤੋਂ ਬਾਅਦ ਟੈਸਟ ਹੋ ਕੇ ਅੱਖਾਂ ਦੀ ਪ੍ਰੋਸੈਸਿੰਗ ਹੁੰਦੀ ਆ ਪ੍ਰੋਸੈਸਿੰਗ ਤੋਂ ਬਾਅਦ ਜਦੋਂ ਮਤਲਬ ਕੰਪਿਊਟਰ ਸਾਰਾ ਕਰਦਾ ਵੀ ਓਕੇ ਆ ਰਾਈਟ ਹੈ ਤਾਂ ਆਈ ਟ੍ਰਾਂਸਪਲੈਂਟ ਲਈ ਬੰਦੇ ਨੂੰ ਬੁਲਾ ਲਿਆ ਜਾਂਦਾ अच्छा सर ਤੁਸੀਂ ਗੱਲ ਕੀਤੀ ਸੀ ਵੀ ਤੁਸੀਂ ਨਾਲ ਨਾਲ ਰਾਈਟਰ ਵੀ ਹੋ ਤੇ ਕਿੰਨੀਆਂ ਕਿਤਾਬਾਂ ਨੇ ਜਿਹੜੀਆਂ ਹੁਣ ਤੱਕ ਤੁਸੀਂ ਲਿਖੀਆਂ ਮੈਂ 10 ਕਿਤਾਬਾਂ ਲਿਖੀਆਂ ਜੀ ਰੋਡ ਐਕਸੀਡੈਂਟ ਤੇ ਡਰੱਗ ਤੇ ਪਿੰਡ ਦੀ ਸੱਤ ਸਦੀਆਂ ਤੋਂ ਸਦੀਆਂ ਤੱਕ ਕਬੱਡੀ ਸਮੁੰਦਰਾਂ ਦੇ ਉੱਲੇ ਤਰਕਵਾਰਤਾ ਧਰਮ ਦੇ ਅੰਗ ਸੰਗ ਤੇ ਕਈ ਕਿਤਾਬਾਂ ਇਹ ਜੀਆਂ ਆ ਰਹੀਆਂ ਨੇ ਜਿਹੜੀਆਂ ਮਤਲਬ ਕਾਫੀ ਬਜੰਦਾਰ ਤੇ ਹਿਸਟੋਰੀਕਲ ਕਿਤਾਬਾਂ ਨੇ ਜਿਹੜੀਆਂ ਸਦੀਆਂ ਤੱਕ ਪੜੀਆਂ ਜਾਂਦੀਆਂ ਰਹਿਣਗੀਆਂ ਚੰਗੇ ਸੋਚਦੇ ਮਾਲਕ ਹੋ ਤਾਂ ਕਿਤਾਬਾਂ ਦੇ ਵਿੱਚ ਵੀ ਜਰੂਰ ਤੁਸੀਂ ਕੁਝ ਚੰਗਾ ਹੀ ਲਿਖਿਆ ਹੋਊਗਾ ਤਾਂ ਕਿ ਜਿਹੜਾ ਯੂਥ ਹੈ ਜਾਂ ਹੋਰ ਨੇ ਜਿਹੜੇ ਉਹ ਮੋਟੀਵੇਟ ਹੋਣ ਕੁਝ ਚੰਗਾ ਉਹਨਾਂ ਨੂੰ ਜਿਹੜਾ ਸਿੱਖਣ ਤੋਂ ਮਿਲੇ ਮੈਂ ਚਾਹੂੰਗੀ ਸਰ ਤੁਸੀਂ ਆਪਣਾ ਕੰਟੈਕਟ ਨੰਬਰ ਜਿਹੜਾ ਜ਼ਰੂਰ ਦੇਖ ਰਹੇ ਸਰੋਤਿਆਂ ਨੂੰ ਦੱਸ ਦਵੋ ਬਿਕੋਜ਼ ਕਿਸੇ ਨੇ ਕੁਐਸ਼ਨਸ ਹੋਣਗੇ ਜਾਂ ਕੁਰੀਜ਼ ਹੋਣਗੀਆਂ ਜਾਂ ਕਿਸੇ ਨੇ ਡੋਨਰ ਹੀ ਬਣਨਾ ਹੁੰਦਾ ਨਹੀਂ ਪਤਾ ਹੁੰਦਾ ਸਿੱਧੇ ਰਾਹ ਜਾਣ ਲਈ ਪਰ ਮੈਂ ਕਹੂੰਗੀ ਵੀ ਇੱਕ ਨੰਬਰ ਜ਼ਰੂਰ ਦੱਸ ਦਉ ਤਾਂ ਕਿ ਜਿਹੜੇ ਲੋਕ ਨੇ ਤੁਹਾਡੇ ਨਾਲ ਰਾਬਤਾ ਕਰ ਸਕਣ ਮੇਰਾ ਨੰਬਰ ਹੈ ਜੀ 9815607717 ਮੇਰੀ ਹਰੇਕ ਪਾਠਕ ਨੂੰ ਦਰਸ਼ਕ ਨੂੰ ਬੇਨਤੀ ਹੈ ਕਿ ਨੰਬਰ ਨੋਟ ਕਰ ਲਓ ਜੀ ਧਿਆਨ ਨਾਲ ਤੇ ਅ ਅੱਖਾਂ ਦਾਣ ਅਤੇ ਸਰੀਰਦਾਨ ਦਾ ਤੁਸੀਂ ਲਾਜ਼ਮੀ ਕੰਮ ਕਰੋ ਇਹ ਇਹ ਮੌਤ ਤੋਂ ਬਾਅਦ ਅਮਰ ਹੋਣ ਵਾਲੀ ਗੱਲ ਆ ਅਗਰ ਇਹ ਕੰਮ ਅਸੀਂ ਨਾ ਕਰ ਸਕੇ ਤਾਂ ਸਾਨੂੰ ਸਦੀਆਂ ਬਾਅਦ ਵੀ ਇਹ ਟਾਈਮ ਨਹੀਂ ਮਿਲਣਾ ਆਪਾਂ ਖੁੰਝ ਜਾਗੇ ਕਿਉਂਕਿ ਇੱਕ ਕਾਫਲਾ ਤੁਰਿਆ ਉਹ ਕਾਫਲੇ ਦੇ ਹਾਣੀ ਬਣੀਏ ਸਾਥੀ ਬਣੀਏ ਤਾਂ ਕਿ ਤੁਹਾਡੀਆਂ ਅੱਖਾਂ ਨਾਲ ਲੋਕ ਹੋਰ ਦੁਨੀਆ ਦੇਖ ਸਕਣ ਬਹੁਤ ਹੀ ਚੰਗਾ ਲੱਗਿਆ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਜਿਹੜਾ ਕੀਮਤੀ ਸਮਾਂ ਸਾਨੂੰ ਦਿੱਤਾ ਸੋ ਦੋਸਤੋ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਜ਼ਰੂਰ ਚੰਗੀ ਲੱਗੀ ਹੋਊਗੀ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਕਿ ਜਿਹੜੇ ਹੋਰ ਲੋਕ ਨੇ ਉਹ ਇਹ ਵੀਡੀਓ ਦੇਖ ਸਕਣ ਤੇ ਮੋਟੀਵੇਟ ਹੋ ਸਕਣ ਮੈਨੂੰ ਹਿਮਨਪ੍ਰੀਤ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ